ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਾਜਵਿੰਦਰ ਹੈ ਅਤੇ ਮੈਂ ਵੋਇਸ ਆਫ ਐਡਮਿੰਟਨ ਸੀਜ਼ਨ 1 ਦੇ ਟੋਪ 8 ਦੇ ਵਿੱਚ ਪਹੁੰਚ ਚੁੱਕੀ ਹਾਂ ਅਤੇ ਮੈਨੂੰ ਬੜਾ ਵਧੀਆ ਲੱਗ ਰਿਹਾ। ਲਿਟਰਲੀ ਮੈਂ ਸੋਚਿਆ ਨਹੀਂ ਸੀ ਕਿ ਮੈਂ ਤੱਕ ਪਹੁੰਚੂੰਗੀ, ਬਟ ਮੇਰੇ ਹਸਬੈਂਡ ਦੀ ਸਪੋਰਟ ਨਾਲ ਕਿ ਹਾਂ ਤੂੰ ਪ੍ਰੈਕਟਿਸ ਕਰੇ ਤਾਂ ਤੂੰ ਜਾ ਸਕਦੀ ਹੈ ਅਤੇ ਮੈਂ ਤੱਕ ਪਹੁੰਚ ਗਈ। ਅਤੇ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਦੀ ਹਾਂ ਕਿ ਤੁਸੀਂ 11 ਅਗਸਤ ਨੂੰ 12 ਵਜੇ ਸ਼ਾਰਪ ਅੱਖਾ ਸੈਂਟਰ ਪਹੁੰਚਿਓ। ਮੈਨੂੰ ਤੁਹਾਡੀ ਸਪੋਰਟ ਦੀ ਲੋੜ ਹੈ, ਤੁਸੀਂ ਮੈਨੂੰ ਆਓ, ਬਹੁਤ ਜ਼ਿਆਦਾ ਸਪੋਰਟ ਕਰੋ ਅਤੇ ਪਲੀਜ਼ ਮੈਨੂੰ ਹਾਂ ਤੱਕ ਪਹੁੰਚਾਓ। ਫਿਰ ਬਹੁਤ ਵਧੀਆ ਲੱਗਦਾ ਉਹਦਾ ਹਿੱਸਾ ਬਣ ਕੇ ਆਉਣਾ, ਬਹੁਤ ਵਧੀਆ ਪਲੈਟਫਾਰਮ ਮਿਲਿਆ। ਅਸੀਂ ਆਏ ਵੀ ਅਸੀਂ ਨਵੇਂ ਨਵੇਂ ਆ ਕੇ ਬਹੁਤ ਵਧੀਆ ਲੱਗਦਾ ਜਦੋਂ ਆਡੀਅੰਸ ਨੂੰ ਵਿੱਚ ਜਾਈਦਾ। ਤੇਰੇ ਬਾਜੂ ਜੀਨ ਲੱਗਦਾ ਮੈਂ ਬੜੇ ਨੇ ਪਰਫਾਰਮੈਂਸ ਨੂੰ ਮੈਂ ਦੇਖਦਾ ਸੀਗਾ, ਮੈਨੂੰ ਬੜਾ ਫੀਲ ਹੁੰਦਾ ਸੀ ਕਿ ਤੁਸੀਂ ਇਹ ਘਰੇ ਤੇਰੀ ਇੰਨੀ ਵਧੀਆ ਹੁੰਦੀ ਹੈ, ਅੱਜ ਸੋਹਣੀਆਂ ਉੱਥੇ ਜਾ ਕੇ ਤੂੰ ਭੁੱਲ ਜਾਂਦੀ ਹੈ। ਬਸ ਕਿਤੇ ਨਾ ਕਿਤੇ ਸੀਗਾ ਕਿ ਮੈਂ ਕਿਹਾ ਤੂੰ ਕੰਪੀਟੀਸ਼ਨ ਦੇ ਸਕਦੀ ਹੈ, ਵੈਲ ਆਰਗੇਨਾਈਜ਼ਡ ਕਿਵੇਂ ਰਾਤਾਂ ਕਾਲੀਆਂ ਟੰਗਦੀਆਂ ਮੈਨੂੰ ਰੁੱਤਾਂ ਪਿਆਰ ਵਾਲੀਆਂ ਚੱਲਦਾ ਹੀ ਰਹੇ ਤੇਰੇ ਬਾਜੂ ਜੀਣ ਲੱਗਦਾ ਮੈਂ ਤੇ ਮਰ ਗਈ ਤਾਂ ਇਹ ਸਾਡੇ ਨਾਲ ਜਿਹੜੇ ਸ਼ਿਫਟ ਹੋਣਾ ਹੁੰਦਾ ਆਂਦੇ ਅੱਜ ਸਬਜ਼ੀ ਆ ਬਣਾ ਰੱਖੋਗੇ ਪਲੀਜ਼ ਤੁਸੀਂ ਆ ਕਰ ਦੂਗੇ, ਫਿਰ ਅਲਾਰਮ ਮੈਂ ਲਾਣੇ ਹੁੰਦੇ ਆ, ਰਿਆਜ਼ ਇਹਨੇ ਕਰਨਾ ਹੁੰਦਾ, ਬੈੱਡ ਤੇ ਮੈਂ ਬੈਠਾ ਰਹਿਣਾ, ਉੱਠ 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 ਕੇ ਰਿਆਜ਼ ਕਰ ਲੈ, ਮਿਹਨਤ ਕਰ ਲੈ। ਅਤੇ ਹੁਣ ਤੁਸੀਂ ਮੈਨੂੰ ਸਾਰੇ ਆ ਕੇ ਪਲੀਜ਼ ਸਪੋਰਟ ਕਰੋ 11 ਅਗਸਤ ਨੂੰ 12 ਵਜੇ ਸ਼ਾਰਪ। ਮੈਨੂੰ ਤੁਹਾਡੀ ਵੋਟਸ ਦੀ ਅਤੇ ਸਪੋਰਟ ਦੀ ਬਹੁਤ ਜ਼ਰੂਰਤ ਹੈ, ਤੁਸੀਂ ਆਓ ਅਤੇ ਸਪੋਰਟ ਕਰੋ, ਆਕਾ ਸੈਂਟਰ ਪਹੁੰਚੋ ਟਾਈਮ ਨਾਲ ਅਤੇ ਮੈਨੂੰ ਵੋਇਸ ਆਫ ਐਡਮਿੰਟਨ ਜਿਤਾਓ। ਥੈਂਕ ਯੂ ਸੋ ਮੱਚ। ਹਾਸੇ ਹਾਸੇ ਦੇ ਵਿੱਚ ਮੈਨੂੰ ਤਾਨੇ ਦਿੰਦੀਆਂ ਹੋ